ਮਾਈ ਮੇਰੀ ਸੁੱਚੀਆਂ ਜੋਤਾਂ ਵਾਲੀ ਮਾਤਾ ਤੇਰੀ ਸਦਾ ਹੀ ਜੈ ਜੈਕਾਰਾ ਸ਼ੇਰਾਂ ਵਾਲੀ ਦਾ ਬੋਲੀਏ ਸੱਚੇ ਦਰਬਾਰ ਕੀ ਜੈ ਜੈਕਾਰਾ ਆਪਣੇ ਆਪਣੇ ਗੁਰੂਆਂ ਪੀਰਾਂ ਦਾ ਬੋਲੀਏ ਸੱਚੇ ਦਰਬਾਰ ਕੀ ਜੈ ਜੈਕਾਰਾ ਤਿੰਨ ਲੋਕ ਭੋਲੇ ਨਾਥ ਜੀ ਦਾ ਦਰਬਾਰ ਕੀ ਜੈ ਹੇ ਮਾਈ ਮੇਰੀ ਸੁੱਚੀਆਂ ਜੋਤਾਂ ਵਾਲੀ ਮਾਤਾ ਤੇਰੀ ਸਦਾ ਹੀ ਜੈ ਸੋ ਮਹਾਮਾਈ ਦੇ ਪ੍ਰੇਮੀ ਭਗਤੋ ਕਹਿੰਦੇ ਨੇ ਅੱਜ ਦੀ ਰਾਤ ਬੜੀ ਭਾਗਾਂ ਵਾਲੀ ਰਾਤ ਹੈ
ਸਿਆਣੇ ਦੱਸਦੇ ਨੇ ਕਹਿੰਦੇ ਨੇ ਉਹ ਧਰਤੀ ਉਹ ਵਸਤੀ ਉਹ ਘਰ ਬੜੇ ਭਾਗਾਂ ਵਾਲਾ ਹੁੰਦਾ ਜਿਹੜੇ ਘਰ ਦੇ ਵਿੱਚ ਜਾਗਰਣ ਸਤਸੰਗ ਅਤੇ ਕੀਰਤਨ ਹੁੰਦੇ ਨੇ। ਸੋ ਗੁਰੂ ਰੂਪ ਸਾਧ ਸੰਗਤ ਜੀ ਉਹ ਮਹਾਮਾਈ ਦੇ ਪ੍ਰੇਮੀ ਭਗਤੋਂ ਤੁਸੀਂ ਵੀ ਬੜੇ ਕਰਮਾਂ ਵਾਲੇ ਹੋ ਬੜੇ ਭਾਗਾਂ ਵਾਲੇ ਹੋ ਜਿਹੜੇ ਕਿ ਸਾਕਸ਼ਾਤ ਮਾਂ ਦਾ ਦਰਸ਼ਨ ਕਰੋਗੇ ਦੀਦਾਰ ਕਰੋਗੇ। ਤੋ ਆਓ ਸਭ ਤੋਂ ਪਹਿਲਾਂ ਦੂਰੋਂ ਨੇੜੇ ਇਕੱਤਰ ਹੋਏ ਭਗਤਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹੈ ਜਿਹੜੇ ਕਿ ਆਪਣਾ ਕੀਮਤੀ ਸਮੇਂ ਕੱਢ ਕੇ ਮਹਾਰਾਣੀ ਦੇ ਦਰਬਾਰ ਦੇ ਵਿੱਚ ਪਹੁੰਚੇ ਨੇ। ਤੋ ਕਹਿੰਦੇ ਨੇ ਬੰਦਿਆ ਬੰਦਗੀ ਕਰਿਆ ਕਰ ਕੁਝ ਮਾਲਕ ਤੋਂ ਵੀ ਡਰਿਆ ਕਰ, ਬੰਦਿਆ ਬੰਦਗੀ ਕਰਿਆ ਕਰ ਕੁਝ ਮਾਲਕ ਤੋਂ ਵੀ ਡਰਿਆ ਕਰ, ਲੱਖ 84 ਦੂੰਗਾ ਖਾਤਾ ਪੈਰ ਸੰਭਲ ਕੇ ਤਰਿਆ ਕਰ। ਤਕੜੇ ਤੋਂ ਤੂੰ ਡਰਦਾ ਹੈ ਕਦੀ ਮਾੜੇ ਤੋਂ ਵੀ ਡਰਿਆ ਕਰ, ਬੰਦਿਆ ਬੰਦਗੀ ਕਰਿਆ ਕਰ। ਕਹਿੰਦੇ ਨੇ ਪਰਮ ਪਿਤਾ ਪਰਮਾਤਮਾ ਇਨਸਾਨ ਨੂੰ ਇੱਥੇ ਬੰਦਗੀ ਕਰਨ ਵਾਸਤੇ ਭੇਜਿਆ। ਆਪਾਂ ਕੀ ਕਰਦੇ ਹਾਂ ਇੱਥੇ ਆ ਕੇ ਮਹਿਲਾਂ ਪਾ ਲੈਂਦੇ ਹਾਂ ਔਰ ਦਾਵਾ ਕਰਦੇ ਹਾਂ ਕਿ ਇਹ ਮਹਿਲ ਵੀ ਮੇਰੀ, ਜ਼ਮੀਨ ਵੀ ਮੇਰੀ, ਜਾਇਦਾਦ ਵੀ ਮੇਰੀ, ਦੁਕਾਨ ਵੀ ਮੇਰੀ, ਮੇਰੀ ਮੇਰੀ ਕਰਦੇ ਹਾਂ ਆਪਾਂ ਸਾਰੀ ਉਮਰ ਗੁਜ਼ਾਰ ਦਿੰਦੇ ਹਾਂ, ਪਰ ਜਿਹਦੇ ਵਾਸਤੇ ਸਾਨੂੰ ਪਰਮ ਪਿਤਾ ਪਰਮਾਤਮਾ ਨੇ ਭੇਜਿਆ ਉਹ ਕੰਮ ਸਾਡੇ ਯਾਦ ਹੀ ਨਹੀਂ ਹੈ। ਉਹ ਕਿਹੜਾ ਕੰਮ ਹੈ ਕਿ ਜਿਹੜਾ ਸਾਨੂੰ ਗੁਰੂਆਂ ਨੇ ਨਾਮ ਦੀ ਬਖਸ਼ਿਸ਼ ਕੀਤੀ ਹੈ, ਨਾਮ ਦਾਨ ਕੀਤਾ। ਕਹਿੰਦੇ ਨੇ ਉਸ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ, ਰੋਟੀ ਖਾਣਾ ਜ਼ਰੂਰੀ ਹੈ, ਤੋ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਣਾ ਵੀ ਬਹੁਤ ਜ਼ਰੂਰੀ ਹੈ। ਤੋ ਜਿੰਨਾ ਵੀ ਤੁਹਾਨੂੰ ਸਮੇਂ ਮਿਲਦਾ, ਵੈਸੇ ਤਾਂ 24 ਘੰਟੇ ਦੇ ਵਿੱਚ 2.5 ਘੰਟੇ ਸਿਮਰਨ ਕਰਨਾ ਚਾਹੀਦਾ ਹੈ, ਇਨਸਾਨ ਦਾ ਫਰਜ਼ ਬਣਦਾ ਹੈ। ਪਰ ਇੰਨਾ ਸਮੇਂ ਕਿਸੇ ਨੂੰ ਮਿਲਦਾ ਨਹੀਂ ਕਿਉਂਕਿ ਕਲਯੁੱਗ ਦਾ ਜ਼ਿਆਦਾ ਪ੍ਰਭਾਵ ਹੈ। ਕਹਿੰਦੇ ਨੇ ਕਾਲ ਭਗਵਾਨ ਨੇ ਬਹੁਤ ਹੀ ਜ਼ਿਆਦਾ ਤਪੱਸਿਆ ਕੀਤੀ ਸੀ, ਉਹਨੇ ਪਰਮਾਤਮਾ ਦੇ ਕੋਲੋਂ ਵਰਦਾਨ ਮੰਗਿਆ ਕਿ ਵਰਦਾਨ ਮੰਗਿਆ ਸੀ ਕਿ ਇਹ ਜਿਹੜੀ ਸ੍ਰਿਸ਼ਟੀ ਹੈ ਮੇਰਾ ਖਾਣਾ ਹੋਣਾ ਚਾਹੀਦਾ ਹੈ। ਕਹਿੰਦੇ ਨੇ ਕਾਲ ਭਗਵਾਨ ਨੂੰ ਪਰਮਾਤਮਾ ਨੇ ਵਰਦਾਨ ਦਿੱਤਾ, ਪਰ ਇੱਕ ਗੱਲ ਕਹਿੰਦੇ ਨੇ ਪਰਮਾਤਮਾ ਨੇ ਕਾਲ ਨੂੰ ਕਿਹਾ ਸੀ ਕਿ ਇੱਕ ਸ਼ਰਤ ਮੇਰੀ ਵੀ ਹੈ। ਕਾਲ ਕਹਿੰਦਾ ਜੀ ਉਹ ਕਿਹੜੀ? ਕਹਿੰਦਾ ਜਿਹੜਾ ਭਗਤ, ਜਿਹੜਾ ਸੰਤ ਮੇਰੇ ਨਾਮ ਦਾ ਸਿਮਰਨ ਕਰੇਗਾ ਉਹ ਤੇਰੇ ਪੰਜੇ ਦੇ ਵਿੱਚ ਕਦੇ ਵੀ ਨਾ ਫਸੇਗਾ। ਕਹਿ ਦਿਓ ਜੈ ਮਾਤਾ ਦੀ, ਇੱਕ ਵਾਰ ਸਾਰੀ ਸੰਗਤ ਨੂੰ ਬੇਨਤੀ ਹੈ ਦੋਵੇਂ ਹੱਥ ਤੇ ਕਰਕੇ ਕਹਿ ਦਿਓ ਜੈ ਮਾਤਾ ਦੀ, ਇੱਕ ਵਾਰ ਹੋਰ ਕਹਿ ਦਿਓ ਜੈ ਮਾਤਾ ਦੀ। ਬੋਲੀਏ ਸੱਚੇ ਦਰਬਾਰ ਕੀ। ਤੋ ਆਓ ਭਗਤੋ, ਕਹਿੰਦੇ ਨੇ ਅੱਜ ਸ੍ਰੀ ਰਾਮ ਚੰਦਰ ਜੀ ਅਤੇ ਉਹਨਾਂ ਦਾ ਜਿੰਨਾ ਵੀ ਪਰਿਵਾਰ ਹੈ ਆਪਣੇ ਪਾਵਨ ਹੱਥਾਂ ਦੇ ਨਾਲ ਮਾਂ ਦੀ ਜੋਤ ਨੂੰ ਪ੍ਰਚੰਡ ਕੀਤਾ ਹੈ, ਮਾਂ ਦੀ ਜੋਤ ਦਾ ਪ੍ਰਕਾਸ਼ ਆਪਣੇ ਘਰ ਦੇ ਵਿੱਚ ਕੀਤਾ ਹੈ। ਤੋ ਮਾਂ ਨੂੰ ਸੱਦਾ ਦੇਣ ਜਾ ਰਹੇ ਨੇ ਕਿ ਹੇ ਮਾਂ, ਉੱਚੇ ਪਹਾੜ ਛੱਡ ਕੇ ਜੋਤ ਦੇ ਵਿੱਚ ਵਿਰਾਜਮਾਨ ਹੋ ਕੇ ਭਗਤਾਂ ਦਾ ਜੀਵਨ ਸਫਲ ਬਣਾਓ, ਆਓ ਮਾਂ ਦੇ ਬੱਚੇ, ਮਾਂ ਨੂੰ ਬੁਲਾਵਾ ਦੇਣ ਜਾ ਰਹੇ ਨੇ। Thank you.
हे मां हे ਮੇਰੀਆਂ ਰੱਖਣਾ ਮੇਰੀ ਸ਼ਾਨ ਰੱਖਣਾ ਮੇਰੀ ਮਈਆ ਬੱਚਿਆਂ ਦਾ ਤੂੰ ਧਿਆਨ ਰੱਖਣਾ ਬਣਾਨਾ ਮੇਰੇ ਭਾਗ ਦੁੱਖ ਦੂਰ ਕਰਨਾ ਤੂੰ ਹੈ ਲਕਸ਼ਮੀ ਮੇਰੇ ਭੰਡਾਰ ਭਰਨਾ ਨਾ ਨਿਰਾਸ਼ ਮੁਝੇ ਦਰ ਸ ਲੌਟਾਨਾ ਸਦਾ ਵੈਰੀਓ ਸੇ ਤੂੰ ਮੁਝੇ ਬਚਾਨਾ ਮੁਝੇ ਤੋ ਬਲ ਹੈ ਵਿਸ਼ਵਾਸ ਹੈ ਤੇਰਾ ਤੇਰੇ ਚਰਨੋਂ ਮੈਂ ਹੈ ਨਮਸਕਾਰ ਮੇਰਾ ਨਮਸਕਾਰ ਮੇਰਾ ਚਾਮੁੰਡਾ ਦਸ਼ੋ ਦਿਸ਼ਾਓ ਮੇ ਹਰ ਦੁੱਖ ਮੇ ਮੇਰੀ ਰਕਸ਼ਾ ਕਰੋ ਰਕਸ਼ਾ ਕਰੋ ਰਕਸ਼ਾ ਕਰੋ ਮਾਤੇਸ਼ਵਰੀ ਦਾਸ ਕੇ ਕਸ਼ਟ ਮਿਟਾਓ ਦਾਸ ਕੀ ਰਕਸ਼ਾ ਕੋ ਸਦਾ ਸਿੰਘ ਚੜੀ ਮਾਂ ha
ਜੈ ਜੈ ਮਾਂ ਜੈ ਜੈ ਮਾਂ ਜੈ ਜੈ ਮਾਂ ਜੈ ਜੈ ਮਾਂ ਤੇਰੀ ਜੈ ਜੈ ਮਾਂ ਜੈ ਜੈ ਮਾਂ ਜੈ ਜੈ ਮਾਂ ਜੈ ਜੈ ਮਾਂ ਤੇਰੀ ਜੈ ਜੈ ਮਾਂ ਜੈ ਜੈ ਮਾਂ ਤੇਰੀ ਜੈ ਜੈ ਮਾਂ ਜੈ ਜੈ ਮਾਂ ਜੈ ਜੈ ਮਾਂ ਫਿਰ ਮਨਾਵਾਂ ਗਣੇ ਸਿਮਰਾਂ ਮਾਤਾ ਸ਼ਾਰਦਾ ਬੰਦਰੋ ਪਰਮੇਸ਼ ਜੈ ਜੈ ਮਾਂ 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 ਨਾ ਬਚੜਾ ਬੇਨਤੀ ਕਰੇ ਜੈ ਚਰਨਾਂ ਦਾ ਧਿਆਨ ਚਿੰਤਾ ਪੁਨੀ ਚਿੰਤਾ ਹਰੋ ਕਾਲੀ ਦਵਰਦਾਨ ਜੈ ਜੈ ਮਾਂ 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 ਪੀਪਲ ਪੂਜਣ ਮੈਂ ਚਲੀ ਗੁਰੂ ਆਪਣੇ ਕੈਸਾ ਪੀਪਲ ਪੂਜੇ ਹਰ ਵੇਲੇ ਇੱਕ ਪੰਥ ਦੋ ਕਾਜ ਜੈ ਜੈ ਮਾਂ 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 ਤੇਰਾ ਸੋਹਣਾ ਮਾਂ ਦਰਬਾਰ ਹੋਵੇ ਤੂੰ ਹੋਵੇ ਇੱਕ ਮੈਂ ਹੋਵਾਂ ਤੇਰਾ ਸੋਹਣਾ ਮਾਂ ਦਰਬਾਰ ਹੋਵੇ ਇੱਕ ਤੂੰ ਹੋਵੇ ਇੱਕ ਮੈਂ ਹੋਵਾਂ ਤੇਰਾ ਸੋਹਣਾ ਮਾਂ ਦਰਬਾਰ ਹੋਵੇ ਇੱਕ ਤੂੰ ਹੋਵੇ ਇੱਕ ਮੈਂ ਹੋਵਾਂ ਤੇਰਾ ਸੋਹਣਾ ਮਾਂ ਦਰਬਾਰ ਹੋਵੇ ਇੱਕ ਤੂੰ ਹੋਵੇ ਇੱਕ ਮੈਂ ਹੋਵਾਂ ਤੇਰੇ ਕੋਲ ਫੁੱਲਾਂ ਦਾ ਹਾਰ ਹੋਵੇ 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 ਇੱਕ ਤੂੰ ਮੈਂ ਹੋਵਾਂ ਇੱਕ ਤੂੰ ਹੋਵੇ ਇੱਕ ਮੈਂ ਹੋਵਾਂ
ਸਾਡਾ ਡੋਲਦਾ
ਬਖਸ਼ੋ ਬਖਸ਼ੋ ਵੈਸ਼ਨੋ ਅਸੀਂ ਬਚੜੇ ਅਣ ਚਰਨਾਂ ਦੇ ਨਾਲ ਲਾ ਲੋ ਹੋ ਜਾਏ ਕਲਿਆਣ ਜੈ ਜੈ ਮਾਂ 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 ਦਾਦੀ ਆਪਣੇ ਦਾਸ ਦੀ ਕਰੋ ਬੇਨਤੀ ਮਨ ਜੂਰੂ ਭਈਆ ਸਭ ਨੂੰ ਕਰ ਦੇਵੇ ਅੰਧ ਨਾਲ ਭਰਪੂਰ ਜੈ ਜੈ ਮਾਂ 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 ਸਰਸਵਤੀ ਮੇਰੇ ਹਿਰਦੇ ਕਰੋ ਪਰਵੇਸ਼ ਭੁੱਲੇ ਅੱਖਰੀ ਕੰਠ ਕਰੋ ਮਾਂ ਗੌਰੀ ਪੁੱਤਰ ਗਣੇਸ਼ ਕੇ ਪਹਿਲੇ ਗਣੇਪਤ ਪੂਜੀਏ ਕੇ ਪਹਿਲੇ ਗਣੇਪਤ ਪੂਜੀਏ ਔਰ ਪਾਛੇ ਕਰੀਏ ਕਾ ਵਿੱਚ ਸਭਾ ਬੈਠੀ ਹੋ
ਕਿ ਮੇਰੀ ਪੱਥ ਰੱਖਿਓ ਮਹਾਰਾ ਸਦਾ ਭਵਾਨੀ ਦਾਇਨੀ ਗੌਰੀ ਪੁੱਤਰੀ ਗਣੇਸ਼ ਪਾਂਚ ਦੇ ਰਕਸ਼ਾ ਕਰੇ ਸ਼੍ਰੀ ਬ੍ਰਹਮਾ ਵਿਸ਼ਨੂੰ ਮਹੇਸ਼ ਸ਼੍ਰੀ ਬ੍ਰਹਮਾ ਵਿਸ਼ਨੂੰ ਮਹੇਸ਼ ਪਾਂਚ ਦੇ ਰਕਸ਼ਾ ਕਰੇ ਸ਼੍ਰੀ ਬ੍ਰਹਮਾ ਵਿਸ਼ਨੂੰ ਮਹੇਸ਼ ਮਿੱਠੀ ਮਿੱਠੀ ਤਾੜੀਆਂ ਲਾ ਕੇ ਹੰਕਾਰ ਨੂੰ ਛੱਡ ਕੇ ਮਿੱਠੀ ਮਿੱਠੀ ਤਾੜੀ ਜ਼ਰੂਰ ਲਾਣੀ ਹੈ। ਪ੍ਰਥਮ ਹਾਜ਼ਰੀ ਗਣਪਤੀ ਜੀ ਮਹਾਰਾਜ ਹਲੇ 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 ਹਾਂਜੀ ਬਹੁਤ ਜ਼ਿਆਦਾ ਗਣਪਤੀ ਦੀਨ ਦਿਆਲ ਹੈ ਸ਼ਿਵ ਗੌਰਾਂ ਦੇ ਲਾਲ ਗਣਪਤੀ ਦੀਨ ਦਿਆਲ ਹੈ ਸ਼ਿਵ ਗੌਰਾਂ ਦੇ ਲਾਲ ਗਣਪਤੀ ਦੀਨ ਦਿਆਲ ਹੈ ਸ਼ਿਵ ਗੌਰਾਂ ਦੇ ਲਾਲ ਲਾਲ ਮੇਰੇ ਗਣਪਤੀ ਦੀਨ ਦਿਆਲ ਹੈ ਸ਼ਿਵ ਗੌਰਾਂ ਦੇ ਲਾਲ ਸਭ ਤੋਂ ਪਹਿਲਾਂ ਕਰ ਤੇਰੀ ਪੂਜਾ ਸਭ ਤੋਂ ਪਹਿਲਾਂ ਕਰਾਂ ਮੈਂ ਪੂਜਾ ਸਭ ਤੋਂ ਪਹਿਲਾਂ ਕਰਾਂ ਮੈਂ ਪੂਜਾ ਲੈ ਲੱਡੂਆਂ ਦਾ ਥਾਲ ਗਣਪਤੀ ਦੀਨ ਦਿਆਲ ਹੈ ਸ਼ਿਵ ਗੌਰਾਂ ਦੇ ਲਾਲ ਹੈ ਗਣਪਤੀ ਦੀਨ ਦਿਆਲ ਹੈ ਸ਼ਿਵ ਗੌਰਾਂ ਦੇ ਲਾਲ ਗਣਪਤੀ ਦੀਨ ਦਿਆਲ ਹੈ ਸ਼ਿਵ ਗੌਰਾਂ ਦੇ ਲਾਲ ਗਣਪਤੀ ਦੀਨ ਦਿਆਲ ਹੈ ਸ਼ਿਵ ਗੌਰਾਂ ਦੇ ਲਾਲ ਸਭ ਤੋਂ ਪਹਿਲਾਂ ਕਰ ਤੇਰੀ ਪੂਜਾ ਸਭ ਤੋਂ ਪਹਿਲਾਂ ਕਰਾਂ ਮੈਂ ਪੂਜਾ ਸਭ ਤੋਂ ਪਹਿਲਾਂ ਕਰਾਂ ਮੈਂ ਪੂਜਾ ਲੈ ਲੱਡੂਆਂ ਦਾ ਥਾਲ ਹੈ ਗਣਪਤੀ ਦੀਨ ਦਿਆਲ ਹੈ ਸ਼ਿਵ ਗੌਰਾਂ ਦੇ ਲਾਲ ਹੈ ਗਣਪਤੀ ਦੀਨ ਦਿਆਲ ਹੈ ਸ਼ਿਵ ਗੌਰਾਂ ਦੇ ਲਾਲ ਤੇਰੀ ਜੈ ਹੋਵੇ
ਲਾਜ ਬਚਾਵੇ ਖੁਸ਼ੀਆਂ ਹੀ ਖੁਸ਼ੀਆਂ ਦੇ ਜਾਵੇ ਖੁਸ਼ੀਆਂ ਹੀ ਖੁਸ਼ੀਆਂ ਦੇ ਜਾਵੇ ਖੁਸ਼ੀਆਂ ਹੀ ਖੁਸ਼ੀਆਂ ਦੇ ਜਾਵੇ ਭਰੀ ਸਭਾ ਵਿੱਚ ਲਾਜ ਬਚਾਵੇ ਖੁਸ਼ੀਆਂ ਹੀ ਖੁਸ਼ੀਆਂ ਦੇ ਜਾਵੇ ਖੁਸ਼ੀਆਂ ਹੀ ਖੁਸ਼ੀਆਂ ਦੇ ਜਾਵੇ ਖੁਸ਼ੀਆਂ ਹੀ ਖੁਸ਼ੀਆਂ ਦੇ ਜਾਵੇ ਤੇਰਾ ਮੰਤਰ ਜੋ ਵੀ ਪੜਦਾ ਤੇਰਾ ਮੰਤਰ ਜੋ ਵੀ ਪੜਦਾ ਤੇਰਾ ਮੰਤਰ ਜੋ ਵੀ ਪੜਦਾ ਹੋ ਜਾਏ ਨਾਲੋ ਮਾਲ ਹੇ ਗਣਪਤੀ ਦੀਨ ਦਿਆਲ ਹੇ ਸ਼ਿਵ ਗੌਰਾ ਦੇ ਲਾਲ ਹੇ ਗਣਪਤੀ ਦੀਨ ਦਿਆਲ ਹੇ ਸ਼ਿਵ ਗੌਰਾ ਦੇ ਲਾਲ ਹੇ ਗਣਪਤੀ ਦੀਨ ਦਿਆਲ ਹੇ ਸ਼ਿਵ ਗੌਰਾ ਦੇ ਲਾਲ ਹੇ ਗਣਪਤੀ ਦੀਨ ਦਿਆਲ ਹੇ ਸ਼ਿਵ ਗੌਰਾ ਦੇ ਲਾਲ ਤੇਰੀ ਜੈ ਹੋਵੇ ਤੇਰੀ ਜੈ ਹੋ ਗੌਰੀ ਲਾਲ ਤੇਰੀ ਜੈ ਹੋਵੇ ਤੇਰੀ ਜੈ ਹੋ ਗੌਰੀ ਲਾਲ ਲਾਜ ਬਚਾਵੇ ਖੁਸ਼ੀਆਂ ਹੀ ਖੁਸ਼ੀਆਂ ਦੇ ਜਾਵੇ ਖੁਸ਼ੀਆਂ ਹੀ ਖੁਸ਼ੀਆਂ ਦੇ ਜਾਵੇ ਖੁਸ਼ੀਆਂ ਹੀ ਖੁਸ਼ੀਆਂ ਦੇ ਜਾਵੇ ਭਰੀ ਸਭਾ ਵਿੱਚ ਲਾਜ ਬਚਾਵੇ ਖੁਸ਼ੀਆਂ ਹੀ ਖੁਸ਼ੀਆਂ ਦੇ ਜਾਵੇ ਖੁਸ਼ੀਆਂ ਹੀ ਖੁਸ਼ੀਆਂ ਦੇ ਜਾਵੇ ਖੁਸ਼ੀਆਂ ਹੀ ਖੁਸ਼ੀਆਂ ਦੇ ਜਾਵੇ ਤੇਰਾ ਮੰਤਰ ਜੋ ਵੀ ਪੜਦਾ ਤੇਰਾ ਮੰਤਰ ਜੋ ਵੀ ਪੜਦਾ ਤੇਰਾ ਮੰਤਰ ਜੋ ਵੀ ਪੜਦਾ ਹੋ ਜਾਏ ਮਾਲੋ ਮਾਲ ਹੇ ਗਣਪਤੀ ਜੀ ਨਦਿਆਲ ਹੇ ਸ਼ਿਵ ਗੌਰਾ ਦੇ ਲਾਲ ਹੇ ਗਣਪਤੀ ਜੀ ਨਦਿਆਲ ਹੇ ਸ਼ਿਵ ਗੌਰਾ ਦੇ ਲਾਲ ਤੇਰੀ ਜੈ ਹੋਵੇ ਤੇਰੀ ਜੈ ਹੋ ਗੌਰੀ ਲਾਲ ਤੇਰੀ ਜੈ ਹੋਵੇ ਤੇਰੀ ਜੈ ਹੋ ਗੌਰੀ ਲਾਲ Yeah.
ਜਨਮੀ ਨੇ ਤੁਝ ਜਨਮ ਦਿਓ ਹੈ, ਇਸ 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 ਨੇ ਦਿਓ ਤੇਰੀ ਜੈ ਹੋ ਗਣੇ, ਤੇਰੀ ਜੈ ਹੋ ਗਣੇ, ਤੇਰੀ ਜੈ ਹੋ ਗਣੇ। ਤੁਝ ਜਨਮ ਦਿਓ ਹੈ, ਮਾਤਾ ਗੁਰਾਂ 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 ਤੁਝ ਜਨਮ ਦਿਓ ਹੈ, ਸ਼ਿਵ ਨੇ ਦਿਓ ਉਪਦੇਸ਼ ਤੇਰੀ ਜੈ ਹੋ ਗਣੇ, 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 ਤੇਰੀ ਜੈ ਹੋ ਗਣੇਸ਼, ਤੇਰੀ ਜੈ ਹੋ ਗਣੇਸ਼, ਤੇਰੀ ਜੈ ਹੋ ਗਣੇਸ਼, ਤੇਰੀ ਜੈ ਹੋ ਗਣੇਸ਼। ਇੱਧਰ ਮੇਰੇ ਵੀਰ ਵੇਖੋ ਬਾਈ ਜੀ, ਹੱਥ ਜੋੜ ਕੇ ਬੇਨਤੀ ਹੈ ਵੀਰੇ, ਜਿਨ੍ਹਾਂ ਨੇ ਇੰਨਾ ਪੈਸਾ ਲਾਇਆ ਹੈ ਨਾ, ਉਹ ਗੱਲਾਂ ਕਰਨ ਵਾਸਤੇ ਨਹੀਂ ਲਾਇਆ, ਥੋੜਾ ਇੱਧਰ ਧਿਆਨ ਕਰੋ, ਕਹਿ ਦਿਓ ਜੈ ਮਾਤਾ ਦੀ, ਦੋਵੇਂ ਹੱਥ ਉੱਤੇ ਕਰਕੇ ਕਹਿ ਦਿਓ ਜੈ ਮਾਤਾ ਦੀ। ਬੋਲੀਏ ਸੱਚੇ ਦਰਬਾਰ ਕੀ, ਸੱਚੇ ਦਰਬਾਰ ਕੀ। ਖਾਸ ਤੌਰ ਮਾਤਾ ਭੈਣਾਂ ਨੂੰ ਕਹਾਂਗਾ ਕਿ ਅੱਜ ਦੀ ਰਾਤ ਮੇਰੀ ਮਾਤਾ ਭੈਣਾਂ ਆਪਸ ਦੇ ਵਿੱਚ ਕੋਈ ਗੱਲ ਨਹੀਂ ਕਰੇਗੀ, ਅਗਰ ਗੱਲਾਂ ਕਰਨੀਆਂ ਨੇ ਤਾਂ ਮੇਰੀ ਮਈਆ ਜੀ ਦੇ ਨਾਂ ਦੀਆਂ ਕਰਨੀਆਂ ਨੇ, ਕਹਿ ਦਿਓ ਜੈ ਮਾਤਾ ਦੀ, ਦੋਵੇਂ ਹੱਥ ਉੱਤੇ ਕਰਕੇ ਕਹਿ ਦਿਓ ਜੈ ਮਾਤਾ ਦੀ। ਬੋਲੀਏ ਸੱਚੇ ਦਰਬਾਰ ਕੀ, ਮਾਂ ਦੇ ਪਿਆਰ ਕੀ, ਸੱਚੀ ਸਰਕਾਰ ਕੀ। ਕੌਣ ਨੇ ਸੱਚੀ ਸਰਕਾਰ ਜੀ ਦੇ ਦਰਬਾਰ ਦੇ ਵਿੱਚ ਤੁਸੀਂ ਬੈਠੇ ਹੋ, ਸੱਚੀਆਂ ਸਰਕਾਰਾਂ। ਤੋ ਆਓ ਭਗਤੋ, ਕਹਿੰਦੇ ਨੇ ਅੱਜ ਦੀ ਰਾਤ ਬੜੀ ਭਾਗਾਂ ਵਾਲੀ ਰਾਤ ਹੈ, ਔਰ ਜਿਹੜੀ ਰਾਤ ਦਾ ਤੁਹਾਨੂੰ ਇੰਤਜ਼ਾਰ ਸੀ ਉਹ ਰਾਤ ਆ ਚੁੱਕੀ ਹੈ, ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ। ਤੋ ਆਓ, ਸਭ ਤੋਂ ਪਹਿਲਾਂ ਦੂਰੋਂ ਨੇੜੇ ਇਕੱਤਰ ਹੋਏ ਭਗਤਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ, ਜਿਹੜੇ ਕਿ ਆਪਣਾ ਕੀਮਤੀ ਸਮੇਂ ਕੱਢ ਕੇ ਮਹਾਰਾਣੀ ਦੇ ਦਰਬਾਰ ਦੇ ਵਿੱਚ ਪਹੁੰਚੇ ਨੇ। ਤੇ ਇੱਕ ਵਾਰ ਦੋਵੇਂ ਹੱਥ ਉੱਤੇ ਕਰਕੇ ਪਰਮ ਪਿਤਾ ਪਰਮਾਤਮਾ ਦੇ ਨਾਂ ਤੇ ਤਾੜੀ ਲਾ ਦਿਓ, ਜਿਹਦੇ ਆਪਾਂ ਸਾਰੇ ਹੀ ਹਾਂ। ਇੱਕ ਤਾੜੀ ਮੇਰੀ ਮਈਆ ਜੀ ਦੇ ਨਾਂ ਤੇ ਲਾ ਦਿਓ ਜੀ, ਇੱਕ ਤਾੜੀ ਤੁਸੀਂ ਆਪਣੇ ਨਾਂ ਤੇ ਆਪ ਹੀ ਲਾਓ ਫਿਰ ਸਾਰੀ ਸੰਗਤ, ਵਾਹ ਜੀ, ਔਰ ਥੋੜੀ ਜਿਹੀ ਤਾੜੀ ਮੇਰੇ ਨਾਂ ਤੇ ਲਾ ਦਿਓ, ਕੋਈ ਫਰਕ ਨਹੀਂ ਪਊਗਾ। ਤੋ ਆਓ, ਕਹਿੰਦੇ ਨੇ ਗੁਰੂ ਬਿਨਾਂ ਗੱਤ ਨਹੀਂ, ਸ਼ਾਹ ਬਿਨਾਂ। ਥੋੜੇ ਜਿਹਾ ਖੜਾ ਹੋ ਜਾ, ਇੱਕ ਤਾੜੀ ਸਾਡੇ ਢੋਲ ਵਾਲੇ ਨਾਂ ਤੇ, ਵਾਹ ਜੀ ਵਾਹ। ਬੋਲੀਏ ਸੱਚੇ ਦਰਬਾਰ ਕੀ। ਤੋ ਆਓ, ਕਹਿੰਦੇ ਨੇ ਗੁਰੂ ਬਿਨਾਂ ਗੱਤ ਨਹੀਂ, ਸ਼ਾਹ ਬਿਨਾਂ ਪੱਤ ਨਹੀਂ।
ਗੱਲ ਦੱਸਣ ਜਾ ਰਿਹਾ ਗੁਰੂ ਲੈਣ ਦੀ। ਜਿਨ੍ਹਾਂ ਨੇ ਗੁਰੂ ਮੰਨਿਆ ਉਹ ਆਪਣੇ ਗੁਰਾਂ ਦੇ ਵੱਲ ਧਿਆਨ ਕਰਕੇ ਬੈਠਣਗੇ, ਜਿਨ੍ਹਾਂ ਨੇ ਗੁਰੂ ਨਹੀਂ ਮੰਨਿਆ ਉਹ ਆਪਣੇ ਮਾਤਾ ਪਿਤਾ ਦਾ ਧਿਆਨ ਜ਼ਰੂਰ ਕਰਨਗੇ। ਕਹਿੰਦੇ ਨੇ ਸਭ ਤੋਂ ਵੱਡੇ ਗੁਰੂ ਮਾਤਾ ਪਿਤਾ ਨੇ, ਉਹ ਕਿਸੇ ਕਵੀ ਨੇ ਲਿਖਿਆ। ਮੇਰੇ ਸਤਿਗੁਰੂ ਦੀ ਸਿਫਤ ਨਾ ਲਿਖੀ ਜਾਵੇ, ਉਹ ਮੇਰੇ ਸਤਿਗੁਰੂ ਦੀ ਸਿਫਤ ਨਾ ਲਿਖੀ ਜਾਵੇ, ਭਾਵੇਂ ਪੰਜੇ ਸਾਗਰਾਂ ਦੀ ਸਹਾਈ ਹੋਵੇ। ਬੇਸ਼ੱਕ ਹਰਸ਼ ਤੇ ਫਰਸ਼ ਬਣ ਜਾਣ ਕਾਗਜ਼, ਉਹਨਾਂ ਦੇ ਉੱਤੇ ਨਾ ਪੂਰੀ ਲਖਾਈ ਹੋਵੇ। ਮਾਤ ਲੋਕ ਤੇ ਦਰਖਤ ਜਿੰਨੇ ਉਹਨਾਂ ਸਭਨਾ ਦੀ ਕਲਮ ਬਣਾਈ ਹੋਵੇ, ਅਲਮਸਤ ਉਹਨਾਂ ਦੀ ਸਿਫਤ ਨਾ ਮੁੱਕੇ, ਤੇ ਜਿਹਦੀ ਮੇਰੇ ਸਤਿਗੁਰ ਨੇ ਸਿਫਤ ਕਰਾਈ ਹੋ। ਮੈਂ ਨੀਵਾਂ ਤਾਂ ਮੇਰੇ ਸਤਿਗੁਰੂ ਚ, ਜਿਹੜੇ ਆਪਣੇ ਗੁਰੂ ਮਹਾਰਾਜ ਜੀ ਨੂੰ ਪਿਆਰ ਕਰਦੇ ਨੇ, ਦੋਵੇਂ ਹੱਥ ਉੱਤੇ ਕਰਕੇ ਤਾੜੀ ਲਾ ਦਿਓ ਆਪਣੇ ਆਪਣੇ ਗੁਰੂ ਮਹਾਰਾਜ ਜੀ। ਵਾਹ ਜੀ, ਬੜੀ ਸੱਚੀ ਸ਼ਰਧਾ ਬਣੇ। ਮੈਂ ਨੀਵਾਂ ਤਾਂ ਮੇਰੇ ਸਤਿਗੁਰੂ ਉੱਚੇ, ਅਸਾਂ ਉੱਚਿਆਂ ਦੇ ਸੰਗਲਾਈ, ਸਦਕੇ ਜਾਵਾਂ ਉਹਨਾਂ ਉੱਚਿਆਂ ਤੋਂ, ਤੇ ਜਿਨ੍ਹਾਂ ਨੇ ਨੀਵਿਆਂ ਦੇ ਨਾਲ ਨਭਾਈ। ਗੁਰੂ ਗੁਰੂ ਹਰ ਕੋਈ ਕਹਿੰਦਾ, ਗੁਰੂ ਕਹਿਣਾ ਬੜਾ ਸੌਖਾ ਹੈ। ਸੁਣਿਓ, ਗੁਰੂ ਲੈਣ ਦੀ ਗੱਲ ਦੱਸਣ ਜਾ ਰਿਹਾ, ਗੌਰ ਫਰਮਾਣਾ। ਗੁਰੂ ਗੁਰੂ ਹਰ ਕੋਈ ਕਹਿੰਦਾ, ਗੁਰੂ ਕਹਿਣਾ ਬੜਾ ਸੌਖਾ ਹੈ। ਉਹ ਜੇ ਬੰਦੇ ਨੂੰ ਕਿੱਥੇ ਗੁਰੂ ਮਿਲ ਜਾਵੇ, ਤੇ ਫਿਰ ਫਰਜ਼ ਨਿਭਾਉਣਾ। ਗੁਰੂ ਜੀ ਕਹਿੰਦੇ ਆ, ਬੈਠ ਮੰਜੇ ਤੇ ਚੇਲਾ ਡਰਦਾ ਬਹਿੰਦਾ ਨਹੀਂ, ਜੇ ਚੇਲਾ ਗੁਰੂ ਦਾ ਬਰਾਬਰ ਬੈਠ ਜਾਵੇ, ਤੇ ਫਿਰ ਗੁਰੂ ਚੇਲਾ ਰਹਿੰਦਾ, ਨਾਤਾ ਹੀ ਖਤਮ ਹੋ ਜਾਂਦਾ। ਮੈਂ ਨੀ ਦੱਸਦਾ, ਇਤਿਹਾਸ ਪੜ੍ਹਨ ਤੋਂ ਹੀ ਪਤਾ ਲੱਗਦਾ ਹੈ, ਖੋਜ ਕਰਨ ਤੋਂ ਹੀ ਪਤਾ ਲੱਗਦਾ। ਕਹਿੰਦੇ ਨੇ ਗੁਰੂ ਦੇ ਬਰਾਬਰ ਕਦੇ ਇਨਸਾਨ ਨੂੰ ਬੈਠਣਾ ਨਹੀਂ ਚਾਹੀਦਾ। ਤੋ ਆਓ, ਅੱਜ ਸ੍ਰੀ ਰਾਮ ਚੰਦਰ ਅਤੇ ਉਹਨਾਂ ਦਾ ਜਿੰਨਾ ਵੀ ਪਰਿਵਾਰ ਹੈ, ਆਪਣੇ ਪਾਵਨ ਹੱਥਾਂ ਦੇ ਨਾਲ ਮਾਂ ਦੀ ਜੋਤ ਨੂੰ ਪ੍ਰਚੰਡ ਕੀਤਾ ਹੈ, ਮਾਂ ਦੀ ਜੋਤ ਦਾ ਪ੍ਰਕਾਸ਼ ਆਪਣੇ ਘਰ ਦੇ ਵਿੱਚ ਕੀਤਾ ਹੈ, ਤੇ ਮਾਂ ਨੂੰ ਕੀ ਕਹਿ ਰਹੇ ਨੇ? ਬੜੀ ਸਿਫਤ ਸੋਹਣੀ ਦਰਬਾਰ ਤੇਰੇ ਦੀ, ਬੜੀ ਸਿਫਤ ਸੋਹਣੀ ਦਰਬਾਰ ਤੇਰੇ ਦੀ, ਤੇਰੀ ਮਹਿਮਾ ਹੈ ਅਪਰੰਪਾਰ ਮਾਤਾ, ਸੋਹਣਾ ਉੱਚਾ ਤੇਰਾ ਦਰਬਾਰ ਦਾਤੀ, ਤੈਨੂੰ ਪੂਜੇ ਕੁੱਲ ਸੰਸਾਰ ਮਾਤਾ।
ਜਿਹਦੀ ਵਿਗੜੀ ਐ ਤਕਦੀਰ ਕਹਿੰਦੇ ਉਹਦੀ ਵਿਗੜੀ ਆਪ ਸੁਮਾਰਮਾਤਾ ਜਿਹੜਾ ਆਸ ਤਕਾਉਂਦਾ ਏ ਆਪ ਜੀ ਦੀ ਹਾਏ ਕਹੇ ਮਹਿੰਦਰ ਤੇ ਉਹਨੂੰ ਤਾਰਮਾਤਾ ਕਹੇ ਮਹਿੰਦਰ ਤੇ ਉਹਨੂੰ ਤਾਰਮਾਤਾ ਉਹ ਮਈਆ ਜੀ ਦਾ ਮੰਦਿਰ ਸੋਹਣਾ ਭਗਤਾਂ ਨੂੰ ਲੱਗਦਾ ਮਨ ਮੋਣਾ ਉਹ ਮਈਆ ਜੀ ਦਾ ਮੰਦਿਰ ਸੋਹਣਾ ਕਿਹਨੂੰ ਕਿਹਨੂੰ ਲੱਗਦਾ ਮਾਂ ਦਾ ਮੰਦਿਰ ਸੋਹਣਾ ਹੱਥ ਖੜੇ ਕਰੋ ਤੇਰਾ ਵਾਹ ਜੀ ਔਰ ਮਿੱਠੀ ਮਿੱਠੀ ਤਾੜੀਆਂ ਦੇ ਨਾਲ ਹਾਜ਼ਰੀ ਹੋਣੀ ਜਿੰਨੀ ਕਹਿਣਾ ਕੀ ਹੈ ਆ ਤਾੜੀ ਵਾ ਗਈ ਸ਼ੇਰਾਂ ਵਾਲੀ ਮਈਆ ਮੇਰੀ
ਵਰਖਾ ਫੁੱਲਾਂ ਦੀ ਵਰਖਾ ਹੋ ਰਹੀ ਹੈ ਸ਼ੇਰਾਂ ਵਾਲੀ ਦੇ ਦਰਬਾਰ ਫੁੱਲਾਂ ਦੀ ਵਰਖਾ ਹੋ ਰਹੀ ਸ਼ੇਰਾਂ ਵਾਲੀ ਦੇ ਦਰਬਾਰ ਫੁੱਲਾਂ ਦੀ ਵਰਖਾ ਹੋ ਰਹੀ ਹੈ ਸ਼ੇਰਾਂ ਵਾਲੀ ਦੇ ਦਰਬਾਰ ਤੇ
ਦਰਬਾਰ, ਆਵਾਂਗੇ ਦਰਬਾਰ ਮਾਤਰੇ, ਆਵਾਂਗੇ ਦਰਬਾਰ, ਆਵਾਂਗੇ ਦਰਬਾਰ ਮਾਤਰੇ, ਆਵਾਂਗੇ ਦਰਬਾਰ, ਆਵਾਂਗੇ ਦਰਬਾਰ ਮਾਤਰੇ, ਆਵਾਂਗੇ ਦਰਬਾਰ, ਆਵਾਂਗੇ ਆਵਾਂਗੇ ਦਰਬਾਰ ਮਈਆ ਜੀ ਤੇਰੇ ਲਗਾ ਕੇ ਪੈਰਾਂ ਦੇ ਵਿੱਚ ਘੁਬਰੂ ਪਾ ਕੇ ਮੱਥੇ ਤੋਂ ਤਿਲਕ ਲਗਾ ਕੇ ਪੈਰਾਂ ਦੇ ਵਿੱਚ ਘੁਬਰੂ ਪਾ ਕੇ ਹਰ ਪਾਸੇ ਹੋਰੀ ਜੈ ਜੈਕਾਰ ਮਈਆ ਜੀ ਤੇਰੇ ਆਵਾਂਗੇ, ਆਵਾਂਗੇ ਆਵਾਂਗੇ ਦਰਬਾਰ ਮਈਆ ਜੀ ਤੇਰੇ ਆਵਾਂਗੇ, ਆਵਾਂਗੇ ਆਵਾਂਗੇ ਦਰਬਾਰ ਮਈਆ ਜੀ ਤੇਰੇ ਆਵਾਂਗੇ,
ਅਕਬਰ ਸੇ ਚਾਰ ਛੁਪੇ ਨੇ ਘਰ ਘਰ ਵਚਨ ਸੁਣਾਈਆ ਭਗਤ ਬਣੇ ਨੇ ਇੱਕ ਦੂਜੇ ਨੂੰ ਦਿੰਦੇ ਆਉਣ ਵਧਾਈਆਂ ਦਿੰਦੇ ਆਉਣ ਵਧਾਈਆਂ ਦਿੰਦੇ ਆਉਣ ਵਧਾਈਆਂ ਅਕਬਰ ਮਨ ਸੇ ਚਾਰ ਛੁਪੇ ਨੇ ਘਰ ਘਰ ਵਚਨ ਸੁਣਾਈਆ ਭਗਤ ਬਣੇ ਨੱਚ ਨੱਚ ਕੇ ਕਰਦਾ ਦਿਲ ਸਾਡਾ ਨੱਚ ਨੱਚ ਕੇ ਕਰਦਾ ਦਿਲ ਸਾਡਾ ਨੱਚ ਨੱਚ ਕੇ ਕਰਦਾ ਤੁਸੀਂ ਚਾਰ ਅਸੀਂ ਪੰਜ ਆ ਘਬਰਾਣਾ ਨੇ ਬੋਲੀਏ ਸੱਚੇ ਦਰਬਾਰ ਕੀ ਅਸੀਂ ਪੰਜ ਪਾਂਡਵ ਆ ਛੇ ਵਾਲੇ ਵੀ ਬੈਠੇ ਨੇ ਅਸੀਂ ਗੱਲ ਛੇ ਵਾਲੇ ਵੀ ਬੈਠੇ ਨੇ ਵਾਹ ਜੀ ਵਾਹ ਤੋਂ ਆਓ ਕਹਿੰਦੇ ਨੇ ਕਿੰਨੀ ਖੁਸ਼ੀ ਹੈ ਆ ਜਾਓ ਜੀ ਆ ਜਾਓ ਆਹ
ਜੈ ਸ਼ੇਰਾ ਵਾਲੀ ਮਾਂ ਆਪੂ ਜਗਦੰਬੇ ਜੈ ਜੈ ਜੋਤਾ ਵਾਲੀ ਮਾਂ ਰਹਿਮਤ ਕੀਤੀ ਹੰਬੇ ਨੇ ਹੰਬੇ ਆਪੂ ਜਗਦੰਬੇ ਨੇ ਬਿਨਾਂ ਪੇਕਾਂ ਦੇ ਅਰੰਬੇ ਨੇ ਮੈਂ ਫੁੱਲਾਂ ਨਾਲ ਪਰੋਇਆ ਸਭ ਨੇ ਮਨਾਇਆ ਯਾਰ
ਖੁਸ਼ੀ ਮਨਾਵਣ ਨੂੰ ਨੱਚ ਨੱਚ ਖੁਸ਼ੀ ਮਨਾਵਣ ਨੂੰ ਦਾ ਭੇਟਾ ਸਾਵਣ ਨੂੰ ਨੱਚ ਨੱਚ ਖੁਸ਼ੀ ਮਨਾਵਣ ਨੂੰ ਸਭ ਦਾ ਦਾ ਦਿਨ ਹੀ ਭਾਵਨ ਨੂੰ ਜਗਵਾ ਦੇ ਇਲਾਹੀ ਆਇਆ दोनों हाथ ऊपर उठाएगा जिसको एक हाथ दिया है एक हाथ ऊपर करेगा जिसको नहीं दिए महारानी के चरणों में हम प्रार्थना करेंगे कि माँ उन भक्तों को दोनों हाथ बख्श दे दोनों हाथ ऊपर उठाइए क्या बात और मीठी मीठी ताली बजाकर क्या कहना है सारे बोलो जय माता दी सारे बोलो जय माता दी अगले बोलो जय माता दी पिछले बोलो जय माता
माता दी अगले बोलो जय माता दी पिछले बोलो जय माता दी जय माता की जय माता दी जय माता की जय माता दी जय माता की कहते जाओ आने जाने वालों को चलते जाओ यूं मत देखो अपने पांव के चालों को चलते जाओ यूं मत देखो अपने पांव के चालों को चलते जाओ यूं मत देखो अपने पांव के चालों को जिसने जितना दर्द सहा उतना तेल भी पाया चलो जागरण के लिए सारी रात दे दी जागरण के लिए सारी रात दे दी दोनों हाथ ऊपर तो आओ इनक हाजरी मेरी कबूल करो अगली हाजरी साढ़े प्रकाश शीरा अपनी हाजरी लेके आओगे उस तो बाद शाम सिंह भी बैठे साढ़े बलदेव जी महाराणी के दरबार के सब ने नच के गा के खुशियां मना के मैया जी मना बोलिए सच्चे दरबार की
ਸੀਸਾ ਗਿਰਦਾ ਪਾਇਆ। ਫਿਰ ਇੰਦਰ ਦੀ ਪਰੀਆਂ ਨੇ ਇਹਨੂੰ ਅੱਡੀ ਨਾਲ ਨਚਾਇਆ। ਫਿਰ ਮੀਰਾਂ ਦੀ ਝਾਂਜਰ ਬਣ ਕੇ ਮਾਤ ਲੋਕ ਵਿੱਚ ਆਇਆ। ਬੁੱਲੇ ਸ਼ਾਹ ਨੇ ਝਾਂਜਰ ਬਣ ਕੇ ਰੁੱਸਿਆ ਯਾਰ ਮਨਾਇਆ। ਪੀਰਾਂ ਦੇ ਪੀਰ ਬੁੱਲੇ ਸ਼ਾਹ ਫਕੀਰ, ਉਹਨਾਂ ਦੇ ਨਾਂ ਤੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਲਾ ਕੇ ਬੜੀਆਂ ਚੀਜ਼ਾਂ ਸੁਣਾ ਕੇ ਜਾਵਾਂਗਾ, ਸਮੇਂ ਦੇ ਮੁਤਾਬਿਕ ਸੁਣਾਵਾਂਗਾ। ਸਭ ਤੋਂ ਪਹਿਲਾਂ ਘਰ ਦੀ ਇੱਜ਼ਤ ਨੂੰ ਕਦੇ ਦਾਗ ਲਵਾਈਏ ਨਾ। ਸਭ ਤੋਂ ਪਹਿਲਾਂ ਘਰ ਦੀ ਇੱਜ਼ਤ ਨੂੰ ਕਦੇ ਦਾਗ ਲਵਾਈਏ ਨਾ। ਜੇ ਧੀਆਂ ਪੈਣਾ ਹੋਣ ਜਵਾਨ ਤੇ ਬਹੁਤੇ ਯਾਰ ਬਣਾਈਏ ਨਾ। ਆਪਣੇ ਘਰ ਵਿੱਚ ਕੰਮ ਕੀ ਹੈ ਕਿਸੇ ਬੰਦੇ ਸ਼ੱਕੀ ਦਾ, ਇਹ ਧਨ ਪਰਾਇਆ ਕਿਸੇ ਨੂੰ ਦੇਣਾ ਸਾਂਭ ਕੇ ਰੱਖੀਦਾ। ਇੱਜ਼ਤ ਵਾਲੀ ਕਿਤਾਬ ਤੇ ਮਿਲਦੇ ਦਾਗੀ ਪੰਨੇ ਨਾ, ਇੱਜ਼ਤ ਵਾਲੀ ਕਿਤਾਬ ਤੇ ਮਿਲਦੇ ਦਾਗੀ ਪੰਨੇ ਨਾ, ਭੈਣ ਬਿਨਾਂ ਕੋਈ ਸੁੰਨੇ ਗੁੱਟ ਤੇ ਰੱਖੜੀ ਬੰਨੇ ਨਾ। ਇੱਕ ਮਾਂ ਬੋਰਡ ਦੀ ਛਾਂ ਉਸ ਰੱਬ ਦਾ ਨਾਂ, ਤਿੰਨੇ ਨਿਆਰੇ ਨੇ ਜਿਹਨੇ ਤਿੰਨੇ ਚੀਜ਼ਾਂ ਖੱਟ ਲੀਆਂ, ਆਉਂਦੇ ਵਾਰੇ ਨਿਆਰੇ ਨੇ, ਉਹਦੇ ਵਾਰੇ ਨਿਆਰੇ ਨੇ, ਉਹਦੇ ਵਾਰੇ ਨਿਆਰੇ ਨੇ। ਮੈਂ ਜਿੱਥੇ ਵੀ ਜਾਂਦਾ ਪ੍ਰੋਗਰਾਮ ਕਰਨ ਵਾਸਤੇ, ਇੱਕ ਗੱਲ ਮਾਤਾ ਭੈਣਾਂ ਨੂੰ ਜ਼ਰੂਰ ਕਹਿੰਦਾ ਕਿ ਤਵਾ ਮੋਟਾ ਹੋਵੇ ਰੋਟੀ ਸੜਦੀ ਨਹੀਂ, ਤਵਾ ਮੋਟਾ ਹੋਵੇ ਰੋਟੀ ਸੜਦੀ ਨਹੀਂ, ਨੂੰ ਚੰਗੀ ਹੋਵੇ ਤੇ ਸੱਸ ਲੜਦੀ ਨਹੀਂ। ਕੌਣ ਕੌਣ ਲੜਦੀਆਂ ਨੇ ਇੱਕ ਵਾਰੀ ਹੱਥ ਖੜਾ ਕਰਕੇ ਦੱਸੋ, ਫਿਰ ਪ੍ਰੋਗਰਾਮ ਸ਼ੁਰੂ ਕਰਾਂਗੇ। ਕੋਈ ਵੀ ਨਹੀਂ ਲੜਦੀਆਂ, ਸਮਝਦਾਰ ਨੇ ਮੇਰੀਆਂ ਭੈਣਾਂ। ਇੱਕ ਗੱਲ ਹੋਰ ਵੀ ਬੜੀ ਮਸ਼ਹੂਰ ਹੈ, ਜੇਕਰ ਤਵਾ ਪਤਲਾ ਹੋਵੇ ਰੋਟੀ ਸੜਦੀ ਹੈ, ਤਵਾ ਪਤਲਾ ਹੋਵੇ ਰੋਟੀ ਸੜਦੀ ਹੈ, ਨੂੰ ਜਿੰਨੀ ਮਰਜ਼ੀ ਚੰਗੀ ਹੋਵੇ ਸੱਸ ਫੇਰ ਵੀ ਲੜਦੀ ਹੈ, ਸੱਸ ਚੰਗੀ ਹੋਵੇ। ਹਾਂਜੀ ਭੈਣ ਜੀ, ਤੇਰੇ ਮਨ ਦੀ ਹੋ ਰਹੀ ਹੈ। ਸੱਸ ਚੰਗੀ ਹੋਵੇ, ਨਹੀਂ ਤਾਂ ਫੋਟੋ ਕੰਧ ਤੇ ਟੰਗੀ ਹੋਵੇ। ਇੱਕ ਵਾਰੀ ਦੋਵੇਂ ਹੱਥ ਖੜੇ ਕਰਕੇ ਤਾੜੀ ਲਾ ਦਿਓ। ਹਾਂਜੀ, ਜਿਹਨਾਂ ਦੀ ਸੱਸ ਦੇ ਨਾਲ ਨਹੀਂ ਬਣਦੀ, ਹਾਂ ਬਣਾ ਕੇ ਰੱਖਿਆ ਕਰੋ। ਆਓ, ਰੰਗ ਚੜ ਗਿਆ ਮਾਂ ਦਾ ਲਾਲ, ਲਾਲ ਰੰਗ ਚੜ ਗਿਆ ਮਾਂ ਦਾ ਲਾਲ, ਮਾਂ ਦੀ ਚੁੰਨੀ ਦਾ ਰੰਗ ਕੈਸਾ ਜੀ, ਔਰ ਮਾਂ ਦੇ ਬਾਣੇ ਦਾ ਰੰਗ, ਬੋਲਿਆ ਕਰੋ ਭਾਜੀ, ਮਾਂ ਦੀ ਚੁੰਨੀ ਦਾ ਰੰਗ ਕੈਸਾ, ਤੇ ਅਸੀਂ ਕੌਣ ਆ ਮਾਂ ਦੇ? ਅਜੇ ਲਾਲ ਬਣੇ ਨੀ, ਅਜੇ ਅੱਧੇ ਵਿੱਚ ਕਾਲੇ ਨੇ ਮੇਰੇ ਵਰਗੇ। ਜਿੱਥੋਂ ਤੱਕ ਅਸੀਂ ਤਾੜੀਆਂ ਲਾ ਲਾ ਕੇ, ਤਾੜੀਆਂ ਲਾ ਲਾ ਕੇ ਸਵੇਰ ਤੱਕ ਲਾਲ ਨਹੀਂ ਬਣਦੇ, ਉੱਥੇ ਤੱਕ ਮਾਂ ਦੇ ਲਾਲ ਨਹੀਂ ਹੋਵਾਂਗੇ। ਸੱਚੇ ਦਰਬਾਰ ਕੀ, ਆਓ, ਰੰਗ ਚੜ ਗਿਆ ਮਾਂ ਦਾ ਲਾਲ, ਲਾਲ ਰੰਗ ਚੜ ਗਿਆ ਮਾਂ ਦਾ, ਤਾੜੀ ਹੋਣੀ ਚਾਹੀਦੀ ਹੈ ਸੁਸਤੀ ਨੂੰ ਛੱਡ ਕੇ। Yeah.
ਅਤਕਾਰਾਂ ਕਰਕੇ ਦੱਸੋ ਸੱਚੇ ਦਿਲ ਦੇ ਨਾਲ ਸਾਰੇ ਮੰਨਦੇ ਹੋ ਔਰ ਆਪਣੀ ਜਗ੍ਹਾ ਤੇ ਖੜੇ ਹੋ ਕੇ ਉਹਨੂੰ ਮਾਂ ਦੀ ਕਸਮ ਹੈ ਕੌਣ ਕੌਣ ਮੰਨਦਾ ਮਾਂ ਨੂੰ ਇੱਕ ਵਾਰੀ ਅਤਕਾਰਾਂ ਕਰਕੇ ਦੱਸੋ ਆਪਣੀ ਆਪਣੀ ਜਗ੍ਹਾ ਤੇ ਖੜੇ ਹੋ ਜੋ ਉਹਨੂੰ ਮਾਂ ਦੀ ਕਸਮ ਹੈ ਨਹੀਂ ਤਾਂ ਮੈਂ ਦੂਜੀਆਂ ਭੇਟਾਂ ਸੁਣਾਵਾਂਗਾ ਠੰਡੀਆਂ ਬਿਲਕੁਲ ਠੰਡੀਆਂ ਕਿਉਂਕਿ ਮਾਂ ਦੇ ਦੀਵਾਨੇ ਜਿਹੜੇ ਮਾਂ ਨੂੰ ਮੰਨਣ ਵਾਲੇ ਨੇ ਉਹ ਪੈਰਾਂ ਦੇ ਵਿੱਚ ਘੁੰਗਰੂ ਪਾ ਕੇ ਬੁੱਲੇ ਸ਼ਾਹ ਫਕੀਰ ਹੋਏ ਉਹਨਾਂ ਨੇ ਘੁੰਗਰੂ ਬੰਨ ਕੇ ਮਾਂ ਨੂੰ ਮਨਾ ਲਿਆ ਸੀ ਆਪਣੇ ਪੀਰ ਮੁਰਸ਼ਦ ਹਨੈਤ ਨੂੰ ਮਨਾ ਲਿਆ ਸੀ ਆਓ 1 2 3 4 ਰੰਗ ਚੜ ਗਿਆ ਮਾਤਾ ਲਾਲ ਲਾਲ ਰੰਗ ਚੜ ਗਿਆ ਮਾਤਾ ਲਾਲ ਰੰਗ ਚੜ ਗਿਆ ਮਾਤਾ ਲਾਲ ਲਾਲ ਰੰਗ ਚੜ ਗਿਆ ਮਾਤਾ ਲਾਲ ਮਾਨ ਹੈ ਸੀ ਤਰੀ ਕਮਾਲ ਮਾਨ ਹੈ ਸੀ ਤਰੀ ਕਮਾਲ ਰੰਗ ਚੜ ਗਿਆ ਮਾਤਾ ਲਾਲ ਲਾਲ ਰੰਗ ਚੜ ਗਿਆ ਮਾਤਾ ਲਾਲ ਰੰਗ ਚੜ ਗਿਆ ਮਾਤਾ ਲਾਲ ਲਾਲ ਰੰਗ ਚੜ ਗਿਆ ਮਾਤਾ ਲਾਲ ਰੰਗ ਚੜ ਗਿਆ ਮਾਤਾ ਚੜ ਗਿਆ ਨਾ
ਗਰੀਬ ਨੇ ਬਾਬਾ ਤੇਰੇ ਗਰੀਬ ਨੇ ਹਰ ਕੁੜੀਆਂ ਨੇ ਤੇਰੇ ਸਾਰ ਮੇਰੇ ਮੰਦਰੇ ਨਸੀਬ ਨੇ ਮੰਦਰੇ ਨਸੀਬ ਨੇ ਮੰਦਰੇ ਨਸੀਬ ਨੇ ਇੱਕ ਵਾਰੀ ਕਰਨ ਦੀਦਾਰ ਮੇਰੇ ਬੱਚੜੇ ਗਰੀਬ ਨੇ ਬੱਚੜੇ ਗਰੀਬ ਨੇ ਬਾਬਾ ਤੇਰੇ ਗਰੀਬ ਨੇ ਕਦੇ ਨਾ ਭੁੱਲਾ ਤੇਰਾ ਕਦੇ ਨਾ ਭੁੱਲਾ ਤੇਰਾ ਕਦੇ ਨਾ ਭੁੱਲਾ ਤੇਰਾ ਪਿਆਰ ਜੇ ਤਲਿਆ ਏ ਮੰਦਰਾ ਜਿੱਤ ਜਿੱਤ ਦੁਨੀਆ ਜਿੱਤੀ ਤੇ ਜਿੱਤਿਆ ਹਾਰ ਫਕੀਰ ਤੋੜਾ ਲਾਇਆ ਕਰੋ ਪੂਰਾ ਭਰ ਕੇ ਜਿੱਤੇ ਦਾ ਮੁੱਲ ਚਾਰ ਕੌਡੀਆਂ ਹਾਰੇ ਦਾ ਮੁੱਲ ਹੀਰਾ ਮੇਰੇ ਨਾਲ ਹਾਰੇ ਦਾ ਮੁੱਲ ਹੀਰਾ ਵੇਖਦਾ ਲੱਖਾਂ ਕਰੋੜੀ ਤੇ ਕੌਡੀ ਦਾ ਮੁੱਲ ਤਸੀਰਾ ਆਖੇ ਪੀਰ ਬੁੱਲੇ ਸ਼ਾਹ ਜਿਹਨੇ ਹਾਰ ਨਾ ਮੰਨੀ ਉਹ ਬੇਮੁਰਸ਼ਦ ਦੇ ਪੀਰਾ ਉਹ ਬੇਮੁਰਸ਼ਦ ਦੇ ਜਲਾਨੀ
ਜੇਕਰ ਮੈਂ ਵਿੱਚ ਹੈ ਬਨਾਹੋਂ ਦੇ
ਜਲਾਨੀ ਪਾਦੇ ਖੈਰ ਮੰਗਤੀ ਨੂੰ ਸੋਹੇ ਜਲਾਨੀ ਪਾਦੇ ਖੈਰ ਮੰਗਤੀ ਨੂੰ ਪੀਰਾ ਤੇਰੇ ਨੱਚਦੇ ਮਲੰਗ ਵੇਖ ਲੈ ਮੇਰੇ ਪੀਰਾ ਤੇਰੇ ਨੱਚਦੇ ਮਲੰਗ ਵੇਖ ਲੈ ਮੇਰੇ ਸਾਈਆ ਤੇਰੇ ਨੱਚਦੇ ਮਲੰਗ ਵੇਖ ਲੈ ਮੇਰੇ ਪੀਰਾ ਤੇਰੇ ਨੱਚਦੇ ਮਲੰਗ ਵੇਖ ਲੈ ਜੋ ਹੋਇਆ
ਰਾਜਾ ਤੋਂ ਉਹੀ ਲੈ ਆਸੀ ਨਾਰੀ ਤੇ ਨਾਰੀ ਵਾਜਾ ਤੇ ਨਾਰੀ ਤੇ ਨਾਰੀ ਵਾਜਾ ਤੇ ਮੁੱਲਾ ਨੱਚਿਆ ਇਸ਼ਕ ਦੇ ਜਿਹੜੇ ਯਾਰ ਦਿਲ ਦੇ ਵਿੱਚ ਰਹਿੰਦੇ ਨੇ ਉਹਨਾਂ ਫਲ ਨੁਕਸਾਨ
ਯਾਰ ਨੋਟਾਂ ਦੀ ਅਰਜ਼ਾ
ਤਾੜੀਆਂ
ਜੈਕਾਰਾ ਲੋਕ ਦਾ ਸੱਚੀ ਸਰਕਾਰ ਦਾ ਦਰਸ਼ਨ ਦੇ ਸਾਈਆ ਦਰਸ਼ਨ ਦੇ ਪੀਰਾਂ ਦੇ ਦਰ ਸੰਗਤ ਆਈਆ ਉਹ ਦਰਸ਼ਨ ਦੇ ਸਾਈਆਂ ਦੇ ਦਰ ਸੰਗਤ ਆਈਆ ਉਹ ਦਰਸ਼ਨ ਦੇ ਸਾਈਆਂ ਦੇ ਦਰ ਸੰਗਤ ਆਈਆ ਉਹ ਦਰਸ਼ਨ ਦੇ ਬਾਬਾ ਜੀ ਦੇ ਦਰ ਸੰਗਤ ਆਈਆ ਨੱਚ ਕੇ ਜਾ ਚੁੱਕੇ ਹੋ ਨਾ ਤੁਸੀਂ ਦੁਬਾਰਾ ਨਹੀਂ ਆਉਣਾ ਇੱਥੇ ਭੈਣ ਜੀ ਗੁੱਸਾ ਨਹੀਂ ਕਰਨਾ ਉੱਥੇ ਚੱਲ ਜਾਂ ਫਿਰ ਇੱਥੇ ਬਹਿ ਜਾਓ ਜਿਹੜੇ ਨਹੀਂ ਨੱਚੇ ਉਹਨਾਂ ਨੂੰ ਮਾਂ ਦੀ ਕਸਮ ਹੈ ਭੈਣ ਜੀ ਤੁਸੀਂ ਸਾਡੀ ਮੇਰੀ ਵੱਡੀ ਭੈਣ ਹਾਂ ਜੀ ਤੁਸੀਂ ਖੜੇ ਹੋ ਜਾਓ ਤੁਸੀਂ ਨੱਚੋਗੇ ਤਾਂ ਸਾਰਾ ਪਰਿਵਾਰ ਨੱਚੇਗਾ ਤੁਸੀਂ ਸੁਸਤੀ ਪਾਈ ਪੰਡਾਲ ਦੇ ਵਿੱਚ ਜਿਵੇਂ ਤੁਹਾਡੀ ਮਜਬੂਰੀ ਹੈ ਮਜਬੂਰੀ 'ਚ ਜਗਰਾਤਾ ਕਰਵਾ ਰਹੇ ਹੋ ਜਾਂ ਖੁਸ਼ੀ ਨਾਲ ਕਰਵਾ ਰਹੇ ਹੋ ਮਜਬੂਰੀ ਆ ਕੋਈ ਨਹੀਂ ਜੇ ਮਜਬੂਰੀ ਹੈ ਤਾਂ ਫਿਰ ਨੱਚਣਾ ਵੀ ਬਹੁਤ ਜ਼ਰੂਰੀ ਹੈ ਵਨ ਟੂ ਮੈਂ ਅੱਜ ਕਮਲੀ ਹੋ ਜਾਣਾ ਅੜੀਏ ਨਸਦੀ ਨਸਦੀ ਨੇ ਮੈਂ ਅੱਜ ਕਮਲੀ
ਮਲੀ ਹੋ ਜਾਣਾ ਅੜੀਓ ਨੱਚਦੀ ਨੱਚਦੀ ਨੇ ਵੀ ਮੈਂ ਅੱਜ ਕਮਲੀ ਹੋ ਜਾਣਾ ਅੜੀਓ ਨੱਚਦੀ ਨੱਚਦੀ ਨੇ ਅੱਜ ਕਮਲੀ ਹੋ ਜਾਣਾ ਅੜੀਓ ਨੱਚਦੀ ਨੱਚਦੀ ਨੇ ਹੋ ਜਾਣਾ
ਨੱਚਦੀ ਨੱਚਦੀ ਨੇ ਹਿਦਾਇਤ ਕਮਲੀ ਹੋ ਜਾਣਾ ਅੜੀਓ ਨੱਚਦੀ ਨੱਚਦੀ ਨੇ ਤਸਵੀਰ ਬਣਾਈ ਬੈਠੀ ਸੀ ਆਪਣੇ ਦਿਲ ਵਿੱਚ ਮਈਆ ਦੀ ਤਸਵੀਰ ਬਣਾਈ ਬੈਠੀ ਸੀ ਵੀਰ ਬਣਾਈ ਬੈਠੀ ਸੀ ਵੀਰ ਬਣਾਈ ਬੈਠੀ ਸੀ ਸਤਿਗੁਰ ਦੀ ਆਪਣਾ ਘੋੜੀ ਮਾਤੇ ਨਾਲ ਖਵਾਈ ਬੈਠੀ ਸੀ ਨਾਲ ਖਵਾਈ ਬੈਠੀ ਸੀ ਨਾਲ ਖਵਾਈ ਬੈਠੀ ਸੀ ਫਿਰ ਮਿਲ ਗਿਆ ਸਿਤਾਰਾ ਅੜੀਓ ਹੁਣ ਜਗ ਦੀ ਨੀ ਪਰਵਾਹ ਅੜੀਓ ਮਿਲ ਗਿਆ ਸਿਤਾਰਿਓ ਹੁਣ ਜਗਦੀ ਦੀ ਪਰਵਾਹਿਓ ਅੰਮ੍ਰਿਤ ਕੁੰਡ ਵਿੱਚ ਫੋਟਾ ਲਾਇਆ ਨੱਚਦੀ ਨੱਚਦੀ ਨੇ ਦੀਨੇ ਨੱਚਦੀ ਨੱਚਦੀ ਨੇ ਦੀਨੇ ਅੱਜ ਕਮਲੀ ਹੋ ਜਾਣਾ ਅੜੀਓ ਨੱਚਦੀ ਨੱਚਦੀ ਨੇ ਦੀਨੇ ਅੱਜ ਕਮਲੀ ਹੋ ਜਾਣਾ ਅੜੀਓ ਨੱਚਦੀ ਨੱਚਦੀ ਨੇ ਦੀਨੇ ਅੱਜ ਕਮਲੀ ਹੋ ਜਾਣਾ ਅੜੀਓ ਨੱਚਦੀ ਨੱਚਦੀ ਨੇ ਨੱਚਦੀ ਨੱਚਦੀ ਨੇ ਮੈਂ ਅੱਜ ਕਮਲੀ ਹੋ ਜਾਣਾ ਅੜੀਓ ਨੱਚਦੀ ਨੱਚਦੀ ਨੇ ਮੈਂ ਅੱਜ ਕਮਲੀ
ਵਾਲੀ ਹੋ ਜਾਣਾ ਅੜੀਏ ਨੱਚਦੀ ਨੱਚਦੀ ਨੇ ਸਿਕੰਦਰ ਕਰ ਲੈਣਾ ਸਿਕੰਦਰ ਕਰ ਲੈਣਾ ਸਿਕੰਦਰ ਕਰ ਲੈਣਾ ਕੇ ਦਾਸੀ ਮਈਆ ਦੀ ਮੈਂ ਵਾਂਗ ਸਿਕੰਦਰ ਕਰ ਲੈਣਾ ਸਿਕੰਦਰ ਕਰ ਲੈਣਾ ਸਿਕੰਦਰ ਕਰ ਲੈਣਾ ਕਰ ਮੇਰੇ ਪਰ ਵਾਲੇ ਵਾਂਗੂ ਰੋਜ਼ ਰੋਜ਼ ਨੀ ਮਰ ਲੈਣਾ ਰੋਜ਼ ਰੋਜ਼ ਨੀ ਮਰ ਲੈਣਾ ਰੋਜ਼ ਰੋਜ਼ ਨੀ ਮਰ ਲੈਣਾ ਮੇਰੀ ਤਾਂ ਇਹੋ ਮਰਜ਼ੀ ਹੈ ਅੱਗੇ ਕੋਲੀ ਮਾਂ ਦੀ ਮਰਜ਼ੀ ਹੈ ਮੇਰੀ ਤਾਂ ਇਹੋ ਮਰਜ਼ੀ ਹੈ ਕੋਲੀ ਅੰਮ੍ਰਿਤ ਕੁੰਡ ਵਿੱਚ ਗੋਤਾ ਲਾਇਆ ਨੱਚਦੀ ਨੱਚਦੀ ਨੇ ਹੀ ਮੈਂ ਨੱਚਦੀ ਨੱਚਦੀ ਨੇ ਹੀ ਮੈਂ ਅੱਜ ਕਮਲੀ ਹੋ ਜਾਣਾ ਅੜੀਏ ਨੱਚਦੀ ਨੱਚਦੀ ਨੇ ਹੀ ਮੈਂ ਅੱਜ ਕਮਲੀ ਹੋ ਜਾਣਾ ਅੜੀਏ ਨੱਚਦੀ ਨੱਚਦੀ ਨੇ ਹੀ ਮੈਂ ਅੱਜ ਕਮਲੀ ਹੋ ਜਾਣਾ ਅੜੀਏ ਨੱਚਦੀ ਨੱਚਦੀ ਨੇ ਸ਼ਾਮ ਨੂੰ ਆਵੇਗਾ ਕਰਿਸ਼ਾਂ ਜਦੋਂ ਸ਼ਾਮ ਨੂੰ ਆਵੇਗਾ ਕਰਿਸ਼ਾਂ ਮੈਂ ਉਹਦੇ ਨਾਲ ਬੋਲਣਾ ਨਹੀਂ ਹੋ ਜਦੋਂ ਸ਼ਾਮ ਨੂੰ ਆਵੇਗਾ ਸਵਾਸ਼ਾਂ ਮੈਂ ਉਹਦੇ ਨਾਲ ਬੋਲਣਾ ਨਹੀਂ ਹੋ ਜਦੋਂ ਸ਼ਾਮ ਨੂੰ ਆਵੇਗਾ ਸਵਾਸ਼ਾਂ ਮੈਂ ਉਹਦੇ ਨਾਲ ਬੋਲਣਾ ਨਹੀਂ ਹੋ ਜਿੰਨਾ ਮਰਜ਼ੀ ਹਾਇਓ ਜਿੰਨਾ ਮਰਜ਼ੀ ਜਿੰਨਾ ਮਰਜ਼ੀ ਹਾਇਓ ਜਿੰਨਾ ਮਰਜ਼ੀ ਜਿੰਨਾ ਮਰਜ਼ੀ ਤੂੰ ਪਾਰੇ ਮੇਰਾ ਨਾਮ ਜਿੰਨਾ ਮਰਜ਼ੀ ਤੂੰ ਪਾਰੇ ਮੇਰਾ ਨਾਮ ਮੈਂ ਅੱਜ ਕੁੰਡਾ ਖੋਲਣਾ ਨਹੀਂ ਹੋ ਜਦੋਂ ਸ਼ਾਮ ਨੂੰ ਆਵੇਗਾ ਕਰਿਸ਼ਾਂ ਮੈਂ ਉਹਦੇ ਨਾਲ ਬੋਲਣਾ ਨਹੀਂ ਹੋ ਜਦੋਂ ਸ਼ਾਮ ਨੂੰ ਆਵੇਗਾ ਕਰਿਸ਼ਾਂ ਮੈਂ ਉਹਦੇ ਨਾਲ ਬੋਲਣਾ ਨਹੀਂ ਹੋ ਕਿਤਾਬ ਦੇ ਨਾਂ ਮੈਂ ਉਹਦੇ ਨਾਲ ਬੋਲਣਾ ਨਹੀਂ ਹੋ
ਸ਼ਾਮ ਨੂੰ ਆਵੇਗਾ ਪਰੇਸ਼ਾਨ, ਮੈਂ ਉਹਦੇ ਨਾਲ ਬੋਲਣਾ ਨਹੀਂ ਓ ਜਿੰਨਾ ਮਰਜ਼ੀ ਹਾਏ ਓ ਜਿੰਨਾ ਮਰਜ਼ੀ ਜਿੰਨਾ ਮਰਜ਼ੀ ਹਾਏ ਜਿੰਨਾ ਮਰਜ਼ੀ ਜਿੰਨਾ ਮਰਜ਼ੀ ਤੂੰ ਤਾਰੇ ਮੇਰਾ ਨਾਂ ਮੈਂ ਅੱਜ ਕੁੰਡਾ ਖੋਲਣਾ ਨਹੀਂ ਓ ਜਦੋਂ ਸ਼ਾਮ ਨੂੰ ਆਵੇਗਾ ਪਰੇਸ਼ਾਨ ਮੈਂ ਉਹਦੇ ਨਾਲ ਬੋਲਣਾ ਨਹੀਂ ਓ ਜਦੋਂ ਸ਼ਾਮ ਨੂੰ ਆਵੇਗਾ ਪਰੇਸ਼ਾਨ ਮੈਂ ਉਹਦੇ ਨਾਲ ਚੰਗੀ ਗੱਲ ਨਹੀਂ ਸਾਥ ਮੁਖੜਾ ਵਟਾਵੇ ਸਾਥ ਮੁਖੜਾ ਵਟਾਵੇ ਬਾਬਾ ਤੇ ਚੰਗੀ ਗੱਲ ਨਹੀਂ ਸਾਥ ਪੂਰ ਪੂਰੇ ਜਾਵੇ ਗੁਰੂ ਸਾਹਿਬ ਦਾ ਪ੍ਰਸ਼ਾਦ ਲੈ ਲਿਆ ਤੇ ਮਿੱਠੀ ਮਿੱਠੀ ਤਾੜੀ ਲਾ ਕੇ ਹਾਂਜੀ ਗੁਰੂਆਂ ਵੱਲ ਧਿਆਨ ਕਰ ਗਏ
ਸਾਡੇ ਰਜੇਸ਼ ਜੀ 101 ਰੁਪਏ ਦੀ ਅਰਦਾਸ, ਮੈਂ ਕਹਿੰਦਾ ਜ਼ਿਆਦਾ ਹੀ ਹੋਣੇ ਨੇ, ਹੋਰ 51 ਲੱਖ ਦਮੜੇ ਦੀ ਅਰਦਾਸ, ਬਹੁਤ ਸਾਰਾ ਪਿਆਰ, ਜਿਹੜੇ ਖਜ਼ਾਨੇ ਦੇ ਵਿੱਚੋਂ ਮਾਇਆ ਆ ਰਹੀ ਹੈ, ਖਜ਼ਾਨੇ ਸਦਾ ਭਰਪੂਰ। ਪਤਾ ਕਿਹੜੀ ਗੱਲੋਂ ਕੀ ਪਤਾ ਕਿਹੜੀ ਗੱਲੋਂ ਗੁੱਸਾ ਤੂੰ ਮਨਾ ਲਿਆ, ਦੱਸਦਾ ਵੇ ਕਿਹੜੀ ਗੱਲੋਂ ਮੁਖੜਾ ਵਟਾ ਲਿਆ, ਕੀ ਪਤਾ ਕਿਹੜੀ ਗੱਲੋਂ ਗੁੱਸਾ ਤੂੰ ਮਨਾ ਲਿਆ, ਉਹ ਦੱਸਦਾ ਵੇ ਕਿਹੜੀ ਗੱਲੋਂ ਖੜਾ ਵਟਾ ਲਿਆ, ਕੀ ਪਤਾ ਕਿਹੜੀ ਗੱਲੋਂ ਪੈਸਾ ਫੇਰ ਕਮਾਲੀ ਵੇ, ਉਹ ਪਹਿਲੇ ਰੱਬ ਦੀਆਂ ਸਭ ਸਜਾਤਾ, ਪੈਸਾ ਫੇਰ ਕਮਾਲੀ ਵੇ, ਉਹ ਬੰਦਿਆ ਸਦਾ ਨੀ ਰਹਿਣੇ ਮਾਪੇ। ਰੋਟੀ ਖਾਂਦੇ ਸੀ ਛੋਟੇ ਹੁੰਦੇ ਵੀਰੇ, ਸੁਣ ਕੇ ਜਰਾ, ਜਦੋਂ ਘਰ ਦੇ ਵਿੱਚ 4 ਮੈਂਬਰ ਹੁੰਦੇ ਨੇ, ਬੇਸ਼ੱਕ 2 ਭਰਾ ਹੋਣ, ਉਹ ਇੱਕ ਥਾਲੀ ਦੇ ਵਿੱਚ ਬਹਿ ਕੇ ਰੋਟੀ ਖਾ ਲੈਂਦੇ ਨੇ, ਤੇ ਜਦੋਂ ਉਹਨਾਂ ਦਾ ਵਿਆਹ ਹੋ ਜਾਂਦਾ, ਮੈਨੂੰ ਸਮਝ ਨਹੀਂ ਆਉਂਦੀ ਕਿਹੜੀ ਬਿਮਾਰੀ ਉਹਨਾਂ ਨੂੰ ਲੱਗ ਜਾਂਦੀ ਆ, ਲਿਖਣ ਵਾਲੇ ਨੇ ਕੀ ਲਿਖਿਆ ਸੁਣ ਕੇ ਜਰਾ। ਇੱਕ ਥਾਲੀ ਵਿੱਚ ਰੋਟੀ ਖਾਂਦੇ ਸੀ ਛੋਟੇ ਹੁੰਦੇ ਵੀਰੇ, ਵਿਆਹ ਦੇ ਮਗਰੋਂ ਬਦਲ ਜਾਂਦੇ ਜਿਵੇਂ ਬਦਲ ਜਾਂਦੇ ਨੇ ਮਤੀਰੇ, ਆਈਆਂ ਚੰਗੀਆਂ ਘਰਾਂ ਦੀਆਂ ਧੀਆਂ ਰਹਿੰਦਾ ਵਿੱਚ ਸਭਾਹਾਂ ਦੀਆਂ, ਆਈਆਂ ਚੰਗੀਆਂ ਘਰਾਂ ਦੀਆਂ ਧੀਆਂ ਰਹਿੰਦਾ ਵਿੱਚ ਸਭਾਹਾਂ ਦੀਆਂ, ਖੁਦ ਦੀ ਸ਼ਾਨ ਵਧਾ ਲਈਵੇ, ਉਹ ਪਹਿਲੇ ਰੱਬ ਦੀਆਂ ਸਾਂਭ ਸਗਾਤਾਂ, ਪੈਸਾ ਫੇਰ ਕਮਾਲੀ ਵੇ, ਉਹ ਬੰਦਿਆ ਸਦਾ ਨੀ ਰਹਿਣੇ ਮਾਪੇ।
ਗੱਲ ਹੋਣੀ ਪੱਕੀ। ਪ੍ਰਕਾਸ਼ ਹੀਰਾ ਦੋਰਾਲੇ ਵਾਲਿਆ ਇਹ ਗੱਲ ਹੋਣੀ ਪੱਕੀ। ਜਿਸ ਕਰ ਧੀਆਂ ਜ਼ਿਆਦਾ ਜੰਮੀਆਂ ਇਸ ਕਰ ਕਰੀ ਤਰੱਕੀ। ਧੀਆਂ ਵਰਗਾ ਤਾਨ ਨਾ ਕੋਈ ਐਵੇਂ ਦੁਨੀਆਂ ਜਾਂਦੀ ਰੋਈ। ਧੀਆਂ ਵਰਗਾ ਤਾਨ ਨਾ ਕੋਈ ਐਵੇਂ ਦੁਨੀਆਂ ਜਾਂਦੀ ਰੋਈ। ਧੀ ਨਾ ਮਾਰ ਬਕਾਲੀ ਵੇ ਉਹ ਪਹਿਲ ਰੱਬ ਦੀਆਂ ਸਭ ਸਜਾਤਾਂ ਪੈਸਾ ਫੇਰ ਕਮਾਲੀ ਵੇ ਉਹ ਬੰਦਿਆ ਸਦਾ ਨੀ ਰਹਿਣੇ ਮਾਪੇ। ਸਾਨੂੰ ਸਮਝ ਆਉਂਦਾ ਸੀ ਤੂੰ ਆਪ ਰੁੱਠ ਚੱਲਿਆ। ਮੈਨੂੰ ਕੀ ਮਨਾਉਣਾ ਸੀ ਤੂੰ ਆਪ ਰੁੱਠ ਚੱਲਿਆ। ਸਾਨੂੰ ਸਮਝ ਆਉਂਦਾ ਸੀ ਤੂੰ ਆਪ ਰੁੱਠ ਚੱਲਿਆ। ਜਦ ਵੇਖਦਾ ਤਮਾਸ਼ਾ ਸਮਝਾਓ ਕੌਣ ਦੇ ਆਪਾਂ ਦੋਵੇਂ ਰੁੱਸ ਬੈਠੇ ਤਾਂ। ਮਨਾਉ ਕੌਣ ਵੇ ਆਪਾਂ ਦੋਵੇਂ ਰੁੱਸ ਬੈਠੇ ਤਾਂ। ਮਨਾਉ ਕੌਣ ਵੇ ਹਾਏ ਮਨਾਉ ਕੌਣ ਵੇ ਹਾਏ ਮਨਾਉ ਕੌਣ ਵੇ। ਅਸੀਂ ਰੋਦੇ ਰੁੱਦੇ ਪਹੁੰਚੇ ਵਿੱਚ ਪਰਦੇਸਾਂ ਦੇ। ਜਿਹੜੇ ਰੁਲ ਕੇ ਗਏ ਨੇ ਪਰਦੇਸ ਉਹਨਾਂ ਨੂੰ ਪੁੱਛੋ, ਫੋਨ ਕਰਕੇ ਪੁੱਛਿਆ ਕਰੋ। ਉਹ ਦੱਸਦੇ ਨੇ ਸਾਨੂੰ ਵੀ ਡੋਂਕੀ ਰਸਤੇ ਤੋਂ ਗਏ ਬਾਈ ਜੀ, ਦੁਬਾਰਾ ਨਾ ਆਇਆ ਜੀ। ਪਰਦੇਸਾਂ ਦੇ ਵਿੱਚ ਕਦੇ ਵੀ ਨਾ ਜਾਓ। ਜਿਹਨਾਂ ਦੇ ਨਾਲ ਬੁਰੀ ਬਣੀ ਹੈ ਉਹਨਾਂ ਨੂੰ ਪਤਾ, ਜਾਂ ਉਹਨਾਂ ਦੇ ਮਾਂ ਪਿਓ ਨੂੰ ਪਤਾ ਕਿ ਸਾਡੇ ਪੁੱਤ ਕਿਵੇਂ ਪਰਦੇਸ ਦੇ ਵਿੱਚ ਗਏ ਨੇ। ਸੁਣ ਕੇ ਜਰਾ ਵਿੱਚ ਪਰਦੇਸਾਂ ਦੇ। ਫਿਰ ਹੰਝੂ ਬਣਦੇ ਰੁਦੇ ਵੇਖੇ ਸੂਰਜ ਲੇਖਾਂ ਦੇ। ਹਰ ਰਿਸ਼ਤੇ ਨਾਲੋਂ ਟੁੱਟ ਕੇ ਦੁੱਖਾਂ ਨਾਲ ਜੁੜ ਗਏ। ਉਹ ਜਦੋਂ ਲੱਗੇ ਕਮਾਈਆਂ ਅਸੀਂ ਉਦੋਂ ਮਾਪੇ ਹੀ ਤੁਰ ਗਏ। ਜਦੋਂ ਲੱਗੇ ਕਰਨ ਕਮਾਈਆਂ ਉਦੋਂ ਮਾਪੇ ਹੀ ਤੁਰ ਗਏ। ਹੱਥ ਸਿਰ ਤੋਂ ਉੱਠਿਆ ਬਾਪੂ ਰੋਂਦਾ ਉਹ ਸਾਹਾਂ ਨਾ ਮਿਲਿਆ। ਹਰ ਰਿਸ਼ਤੇ ਨਾਲੋਂ ਟੁੱਟ ਕੇ ਇਹ ਰਿਸ਼ਤੇ ਨਾਲੋਂ ਟੁੱਟ ਕੇ
ਜੁੜ ਗਏ ਜਦੋਂ ਲੱਗੇ ਕਰਨ ਕਮਾਈਆਂ ਉਦੋਂ ਮਾਪੇ ਹੀ ਜੁੜ ਗਏ ਉਹ ਜਦੋਂ ਲੱਗੇ ਕਰਨ ਕਮਾਈਆਂ ਉਦੋਂ ਮਾਪੇ ਹੀ ਜੁੜ ਗਏ ਜੋ ਕੁਝ ਚੰਗਾ ਲੱਗਾ ਤੇ ਤਾੜੀਆਂ ਲਾ ਦਿਆ ਕਰੋ ਖਮੋਸ਼ ਨਾ ਆਇਆ ਕਰੋ ਹੋ ਬਾਹੁੰਦੀ ਏ ਇੱਕ ਸੌ ਇੱਕ ਰੁਪਏ ਦੀ ਅਰਦਾਸ ਫਰਾਂਸ ਤੋਂ ਮੇਰੇ ਬਾਈ ਜੀ ਬਹੁਤ ਸਾਰਾ ਪਿਆਰ ਇੱਕ ਸੌ ਇੱਕ ਰੁਪਏ ਦੀ ਅਰਦਾਸ ਅਮਨ ਫਰਾਂਸ ਤੋਂ ਬਹੁਤ ਸਾਰਾ ਪਿਆਰ
ਕੁਝ ਸਮਾਂ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ, ਦੋ ਸਿੰਗਰ ਬੈਠੇ ਨੇ। ਵੀਰਾਂ ਦੀ ਫਰਮਾਇਸ਼ ਹੈ ਤੇ ਛੱਲਾ ਗਾਨੀ ਵੇ ਤੁਰ ਗਏ ਦਿਲਾਂ ਦੇ, ਗਾਨੀ ਵੇ ਤੁਰ ਗਏ ਦਿਲਾਂ ਦੇ, ਗਾਨੀ ਵੇ ਗੱਲ ਸੁਣ ਖੱਲਿਆ ਉਹ ਜੋਰਾ ਬੈਠਾ ਤੋਂ ਪਾਇਆ ਰੋੜਾ ਅਜੇ ਨੱਚ ਕੇ ਹਾਜ਼ਰੀ ਹੋ ਜਾਏ, ਇੱਕ ਵਾਰੀ ਨੱਚ ਕੇ ਆਪਣੀ ਜਗ੍ਹਾ ਤੇ ਖੜੇ ਹੋ ਗਏ ਪੰਮੀ ਜੀ, ਆਜੋ ਇੱਕ ਵਾਰੀ ਥੱਲੇ ਦੇ ਨਾਲ ਫਰਮਾਇਸ਼ ਹੋਣੀ ਕਰਦੇ ਹੋ ਤੇ ਨੱਚਦੇ ਵੀ ਨਹੀਂ। ਅਜੀ ਭੈਣ ਜੀ ਤੁਸੀਂ ਤਾੜੀਆਂ ਲਾਓ, ਮਿੱਠੀ ਮਿੱਠੀ ਤਾੜੀਆਂ, ਪੈਸਿਆਂ ਦੀ ਲੋੜ ਨਹੀਂ, ਤਾੜੀਆਂ ਤਾੜੀਆਂ। ਸੁਣ ਲੈ ਮੇਰੀ ਕਹਾਣੀ ਦੇ ਗੱਲ ਸੁਣ ਛੱਲਿਆ ਉਹ ਜੋੜਾ ਬੈਠਾ ਤੋਂ ਪਾਇਆ
ਸੰਦੀਪ ਰਾਸ ਤੋਂ, ਉਹ ਵੀ ਆਪਣੀ ਨੇਕ ਕਮਾਈ ਦੇ ਵਿੱਚੋਂ। ਪੀਰਾਂ ਦੇ ਦਰਬਾਰ ਦੇ ਵਿੱਚ 51 ਲੱਖ ਦੰਦੜ ਦੀ ਅਰਦਾਸ ਕਰ ਦਿੰਦੇ ਨੇ ਬਾਬਾ ਜੀ ਖਜ਼ਾਨੇ ਭਰਪੂਰ ਰੱਖਣਾ। ਲਾਲਾ ਵਾਲੇ ਪੀਰ ਦੀ ਕਵਾਲੀ ਲਾਲਾ ਆਓ। ਮਾਂ ਦਾ ਬੱਚਾ ਅਭਿਸ਼ੇਕ ਸਾਡੇ ਪ੍ਰਕਾਸ਼ ਹੀਰਾ ਦੇ ਵੱਡੇ ਬੇਟੇ ਜਿਹੜੇ ਦੁਬਈ ਦੇ ਵਿੱਚ ਨੇ, ਉਹਨਾਂ ਦੇ ਨਾਂ ਤੇ ਉਹਨਾਂ ਦੀ ਮੰਮੀ 51 ਰੁਪਏ ਦੀ ਅਰਦਾਸ ਭੇਜ ਰਹੇ ਨੇ ਬਾਬਾ ਜੀ ਖਜ਼ਾਨੇ ਭਰਪੂਰ ਰੱਖਣਾ।